ਕਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਲਟੀਟਾਸਕਿੰਗ ਐਰ ਵੀ ਵਿੱਚ ਇਸ ਵੀਡੀਓ ਵਿੱਚ ਇਸ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਜਿਹੜੇ ਦੁਪੱਟੇ ਦੇ ਕਿਨਾਰੇ ਹੁੰਦੇ ਆ ਸੀ ਉਹਨਾਂ ਨੂੰ ਵਿਦਾਊਟ ਲੈਸ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਆ ਦੁਪੱਟੇ ਨੂੰ ਜਿਹੜਾ ਕਿਨਾਰਿਆਂ ਨੂੰ ਬਣਾਉਣ ਦੇ ਲਈ ਸਾਡੇ ਕੋਲ ਦੋ ਹੀ ਆਪਸ਼ਨਾਂ ਹੁੰਦੀਆਂ ਜਾਂ ਅਸੀਂ ਪੀਕੋ ਕਰਵਾਉਨੇ ਆ ਚੁੰਨੀ ਨੂੰ ਤੇ ਜਾਂ ਅਸੀਂ ਉਹਦੇ ਕਿਨਾਰਿਆਂ ਤੇ ਲੈਸ ਲਗਾਉਨੇ ਆ ਪਰ ਇਹ ਵਾਲਾ ਜਿਹੜਾ ਤਰੀਕਾ ਆ ਇਹ ਬਿਲਕੁਲ हटਕੇ ਆ ਤੇ ਜਿਹੜੀ ਚੁੰਨੀ ਆ ਬਿਲਕੁਲ ਬਿਨਾਂ ਖਰਚੇ ਤੋਂ ਅਸੀਂ ਖੁਦ ਵੀ ਘਰ ਬਣਾ ਸਕਦੇ ਆ ਆਪਣੇ ਹੀ ਸੂਟ ਦੇ ਕੱਪੜੇ ਦੇ ਵਿੱਚੋਂ ਦੇਖੋ ਇਹ ਤੇ ਹੁੰਦ ਦੁਪੱਟਾ ਲਿਆ ਮੈਂ ਇਹ ਦੁਪੱਟੇ ਦੇ ਉੱਪਰ ਜਿਹੜੇ ਆ ਸੀ ਫ੍ਰਿਲ ਲਗਾਉਣੀ ਆ ਇਸ ਦਾ ਜਿਹੜਾ ਦੁਪੱਟੇ ਦਾ ਸੂਟ ਹੈਗਾ ਉਹ ਬਲੈਕ ਕਲਰ ਦਾ ਆ ਤੇ ਮੈਂ ਜਿਹੜੇ ਸੂਟ ਆ ਉਹਦੇ ਵਿੱਚੋਂ ਜਿਹੜੀਆਂ ਆ 3 3 ਇੰਚ ਦੀਆਂ ਚਾਰ ਪੱਟੀਆਂ ਕੱਟ ਕਰ ਲਈਆਂ ਆ ਇਹ ਅਸੀਂ ਸੂਟ ਦੇ ਕੱਪੜੇ 'ਚ ਹੀ ਕੱਟ ਕਰਨੀਆਂ ਤਾਂ ਹੀ ਜਿਹੜਾ ਆ ਫਿਰ ਸੂਟ ਨਾਲ ਲਿਆ ਹੋਇਆ ਦੁਪੱਟਾ ਵਧੀਆ ਲੱਗੂਗਾ ਕਿਉਂਕਿ ਉਹ ਕੱਪੜਾ ਜਿਹੜਾ ਆ ਮੈਚਿੰਗ ਹੋ ਕੇ ਆਊਗਾ ਇਹ ਦੇਖੋ ਇਹ ਮੈਂ ਚਾਰ ਪੱਟੀਆਂ ਲਈਆਂ ਹੋਈਆਂ ਤੇ ਇਹ 3 3 ਇੰਚ ਦੀਆਂ ਪੱਟੀਆਂ ਆ ਤੇ ਇਹ ਚਾਰ ਪੱਟੀਆਂ ਆਆਂ ਅਸੀਂ ਪੱਟੀਆਂ ਚਾਰੋਂ ਨੂੰ ਜੋੜ ਕੇ ਵੱਡੀ ਇੱਕ ਪੱਟੀ ਬਣਾ ਲਾਂਗੇ ਮਤਲਬ ਕਿ ਦੋ ਪੱਟੀਆਂ ਨੂੰ ਜੋੜ ਕੇ ਇੱਕ ਪੱਟੀਆਂ ਬਣਾ ਲਵਾਂਗੇ ਤੇ ਦੋ ਪੱਟੀਆਂ ਜਦੋਂ ਜੁੜ ਜੂਗੀਆਂ ਆਪਸ ਵਿੱਚ ਤੇ ਚਾਰ ਪੱਟੀਆਂ ਫਿਰ ਦੋ ਹੀ ਰਹਿ ਜੂਗੀਆਂ ਨੂੰ ਇੱਥੇ ਦਿਖਾਉਣੀ ਹੈ ਇਹ ਦੋ ਪੱਟੀਆਂ ਨੂੰ ਅਸੀਂ ਇੱਕ ਦੂਸਰੇ ਨਾਲ ਜੋੜ ਲਾਵਾਂਗੇ ਇਹਦੇ ਵਿੱਚ ਅਸੀਂ ਜਿਹੜਾ ਹੈ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਸਾਡਾ ਕੱਪੜਾ ਹੈ ਉਹ ਸਿੱਧੇ ਪੁੱਠੇ ਦਾ ਸਾਨੂੰ ਪਤਾ ਰਹੇ ਤੇ ਦੇਖੋ ਦੋ ਪਟੀਆਂ ਜੋੜ ਲੀਆਂ ਤੇ ਆ ਦੋ ਪਟੀਆਂ ਜਿਹੜੀਆਂ ਇਹ ਮੈਂ ਸਾਈਡ ਤੇ 깔 ਲੂੰਗੀ ਇਹ ਅਸੀਂ ਜਿਹੜੀਆਂ ਦੂਸਰੀ ਕਿਨਾਰੀ ਤੇ ਲਾਉਣੀਆਂ ਆ ਤੇ ਹੁਣ ਦੇਖੋ ਆ ਜਿਹੜਾ ਕੱਪੜਾ ਆ ਅਸੀਂ ਇਹਨੂੰ ਫੋਲਡ ਕਰਨਾ ਹੈ ਜਿਹੜਾ ਬਾਹਰ ਵਾਲਾ ਪਾਸਾ ਆ ਉਹਨੂੰ ਵਿੱਚ ਨੂੰ ਕਰ ਦੇਣਾ ਤੇ ਇੱਥੇ ਵੀ ਉਲਟੇ ਪਾਸੇ ਤੇ ਅਸੀਂ ਸਿਲਾਈ ਲਗਾਉਣੀ ਆ ਜਿਹੜਾ ਕਿਨਾਰਾ ਆ ਉਹਦੇ ਤੇ ਤੇ ਇਹਨੂੰ ਪਹਿਲਾਂ ਅਸੀਂ ਫੋਲਡ ਕਰ ਲੈਣਾ ਵਿੱਚੋਂ ਵਿੱਚ ਹੀ ਇਹ ਅਸੀਂ 3 ਇੰਚ ਦੀ ਪੱਟੀ ਲਈ ਸੀ ਤੇ ਫੋਲਡ ਕਰਕੇ ਜਿਹੜੀ ਆ ਉਹ 1.5 ਇੰਚ ਦੀ ਪੱਟੀ ਰਹਿ ਜਾਊਗੀ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅਸੀਂ ਸਿੱਧਾ ਪਾਸਾ ਦੇਖ ਲੈਣਾ ਆ ਤੇ ਉਹਨੂੰ ਅੰਦਰ ਦੀ ਤਰਫ ਕਰਕੇ ਪੁੱਠੇ ਪਾਸੇ ਤੋਂ ਇਹਨੂੰ ਫੋਲਡ ਕਰਕੇ ਇਹਨਾਂ ਦੇ ਬਿਲਕੁਲ ਕੰਡੇ-ਕੰਡੇ ਤੇ ਜਿਹੜੀ ਅਸੀਂ ਸਿਲਾਈ ਲੈਣੀ ਆ ਇੱਕ-ਇੱਕ ਪੈਰ ਦਾ ਮਾਰਜਨ ਰੱਖਦੇ ਹੋਏ ਇਸ ਤਰ੍ਹਾਂ ਅਸੀਂ ਇਹ ਸਿਲਾਈ ਲਗਾ ਲੈਣੀ ਆ ਤੇ ਇਸ ਤਰ੍ਹਾਂ ਦੇਖੋ ਇਹਨੂੰ ਜਦੋਂ ਅਸੀਂ ਬਾਹਰ ਨੂੰ ਪਲਟ ਲਵਾਂਗੇ ਤੇ ਜਿਹੜਾ ਸਾਡਾ ਕੋਨਾ ਆ ਦੁਪट्टे ਤੇ ਆਉਣਾ ਆ ਬਹੁਤ ਫਿਨਿਸ਼ਿੰਗ ਨਾਲ ਨਿਕਲੇ ਆਊਗਾ ਇਹਦੇ ਵਿੱਚ ਕੋਈ ਧਾਗੇ ਵਗੈਰਾ ਜਿਹੜੇ ਆ ਉਹ ਨਜ਼ਰ ਨਹੀਂ ਆਊਗੇ ਤੇ ਹੁਣ ਦੇਖੋ ਅਸੀਂ ਜਿਹੜੀ ਪੱਟੀ ਆ ਇਹ ਫੋਲਡ ਹੋ ਚੁੱਕੀ ਆ ਪਹਿਲਾਂ ਹੀ ਸੀਨ ਲਗਾਉਣ ਦੇ ਨਾਲ ਤੇ ਪਾਰਾ ਸੀ ਜਿਹੜਾ ਹੈ ਇਹਦੇ ਵਿੱਚ ਫ੍ਰਿਲ ਬਣਾਉਣੀ ਆ ਤੁਸੀਂ ਜਾਓ ਤਾਂ ਇਸੇ ਤਰ੍ਹਾਂ ਫ੍ਰਿਲ ਬਣਾ ਸਕਦੇ ਹੋ ਨਹੀਂ ਤਾਂ ਜੇ ਅਸੀਂ ਇਹ ਤੇ ਵੱਡਾ ਵਖੀਆ ਕਰਕੇ ਇੱਕ ਕਪੜੇ ਨੂੰ ਫੋਲਡ ਕਰਕੇ ਇਸ ਤਰ੍ਹਾਂ ਇਹਦੇ ਕੰਨੀ ਕੰਨੀ ਤੇ ਸिलाई ਲਾ ਲੈਣੀ ਆ ਜੇ ਇਹਦੇ ਨਾਲ ਸਾਨੂੰ ਬਾਅਦ ਚ ਫ੍ਰਿਲ ਬਣਾਉਣ ਚ ਸੌਖ ਹੋਊਗੀ ਤੇ ਇਸੇ ਤਰ੍ਹਾਂ ਸਾਰੀ ਅਸੀਂ ਸਿਲਾਈ ਲਗਾ ਲੈਣੀ ਆ। ਬੜਾ ਤਰੀਕਾ ਜਿਹੜਾ ਆ ਬਹੁਤ ਵਧੀਆ ਆ ਕਿਉਂਕਿ ਅਸੀਂ ਬਿਲਕੁਲ ਘੱਟ ਪੈਸੇ ਖਰਚੇ ਜਾਂ ਕਹੋ ਕਿ ਨਾ ਬਿਲਕੁਲ ਬਿਨਾਂ ਪੈਸੇ ਖਰਚੇ ਹੀ ਅਸੀਂ ਆਪਣੇ ਦੁਪट्टे ਨੂੰ ਬਹੁਤ ਵਧੀਆ ਬਣਾ ਲੈਨੇ ਆ ਉਹਦੇ ਕਿਨਾਰੇ ਕਿਉਂਕਿ ਅੱਜਕੱਲ ਜਿਹੜੇ ਕਾਟਨ ਦੇ ਦੁਪट्टे ਵੀ ਚੱਲ ਰਹੇ ਆ ਉਹਨਾਂ ਦੇ ਵੀ ਸਾਨੂੰ ਲੈਂਸ ਲਗਾਉਣੀ ਪੈਂਦੀ ਆ ਪਰ ਜੇ ਅਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਪਾਵਾਂਗੇ ਸੂਟ ਕਾਟਨ ਦੇ ਦੇ ਕੱਪੜੇ ਦਾ ਤੇ ਉਹ ਬਹੁਤ ਵਧੀਆ ਲੱਗੂਗਾ ਤੇ ਜਦੋਂ ਅਸੀਂ ਡਿਜ਼ਾਈਨ ਪੂਰਾ ਬਣ ਕੇ ਤਿਆਰ ਕਰ ਦਿੰਨੇ ਆ ਤਾਂ ਇਸ ਤਰ੍ਹਾਂ ਲੱਗਦਾ ਹੀ ਨਹੀਂ ਕਿ ਅਸੀਂ ਖੁਦ ਤਿਆਰ ਕੀਤਾ ਇਦਾਂ ਹੀ ਲੱਗਦਾ ਹੈ ਕਿ ਉਹ ਪਿਛਿਓਂ ਕੰਪਨੀ ਵੱਲੋਂ ਬਣ ਕੇ ਹੀ ਇਸ ਤਰ੍ਹਾਂ ਦੇ ਆਏ ਆ ਤੇ ਇੱਕ ਦੇਖਣ ਨੂੰ ਵੀ ਸਭ ਤੋਂ ਅਲੱਗ ਜਿਹਾ ਹੋ ਜਾਂਦਾ ਆ ਜਿਸ ਦੇ ਨਾਲ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹਰ ਅਗਲੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤੇ ਬੈਲ ਆਈਕਨ ਦੇ ਨਾਲ ਜਿਹੜਾ ਇੱਕ ਬਟਨ ਦਿੱਤਾ ਹੋਊਗਾ ਉਹਨੂੰ ਜਦੋਂ ਤੁਸੀਂ ਦਬਾਉਂਗੇ ਬੈਲ ਆਈਕਨ ਨੂੰ ਤਾਂ ਉੱਥੇ 올 ਨੋਟੀਫਿਕੇਸ਼ਨ ਕਰਿਓ ਤਾਂ ਹੀ ਤੁਹਾਨੂੰ ਸਾਰੀ ਵੀਡੀਓ ਦੀ ਜਿਹੜੀ ਹੈ ਨੋਟੀਫਿਕੇਸ਼ਨ ਮਿਲੂਗੀ ਤੇ ਸਾਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਜਿਹੜੀ ਹੈ ਉਹ ਕਿਹੋ ਜਿਹੀ ਲੱਗਦੀ ਆ ਤੇ ਪਲੀਜ਼ ਲਾਈਕ ਵੀ ਜਰੂਰ ਕਰਿਆ ਕਰੋ ਤੁਹਾਡਾ ਜਿਹੜਾ ਇੱਕ ਲਾਈਕ ਆ ਉਹ ਹੋਰ ਵੀਡੀਓ ਬਣਾਉਣ ਦੀ ਸਾਡੇ ਚ ਜਿਹੜੀ ਹੈ ਹਿੰਮਤ ਵਧਾ ਦਿੰਦਾ ਆ ਦੇਖੋ ਇੱਥੇ ਅਸੀਂ ਸਿਲਾਈ ਹੁਣ ਲਗਾ ਲਈ ਆ ਤੇ ਇਹ ਸਿਲਾਈ ਅਸੀਂ ਕੱਚੇ ਵਖੀਏ ਦੀ ਲਗਾਈ ਆ ਮਤਲਬ ਕਿ ਮੋਟਾ ਮਸ਼ੀਨ ਦਾ ਵਖੀਆ ਕਰਕੇ ਤੇ ਹੁਣ ਜਿਹੜਾ ਆ ਅਸੀਂ ਇਹਨੂੰ ਜਿਹੜਾ ਇੰਟਰਲੌਕ ਕਰ ਲਵਾਂਗੇ ਨਹੀਂ ਤਾਂ ਕੀ ਆ ਅਸੀਂ ਇਹਦੇ ਵਿੱਚ ਫ੍ਰਿਲ ਇਸੇ ਤਰ੍ਹਾਂ ਪਾ ਲਵਾਂਗੇ ਬਾਅਦ ਚੋਂ ਇਹਨੂੰ ਦੁਪੱਟੇ ਦੇ ਨਾਲ ਹੀ ਇੰਟਰਲੌਕ ਕਰਾਂਗੇ ਇੱਥੇ ਜਿਹੜਾ ਆ ਅਸੀਂ ਦੁਪੱਟਾ ਲੈਣਾ ਆ ਦੁਪੱਟਾ ਦੇਖੋ ਮੈਂ ਇੱਥੇ ਉਲਟਾ ਰੱਖਿਆ ਆ ਇਹ ਜਿਹੜਾ ਦੁਪੱਟੇ ਤੇ ਬਿਲਕੁਲ ਕੰਨੀ ਰੱਖਣੀ ਆ ਦੇਖੋ ਕੰਨੀ ਇੱਥੇ ਸਾਡੀ ਫੋਲਡ ਕਰਨ ਦਾ ਮਤਲਬ ਇਹੀ ਸੀਗਾ ਕਿ ਜਦੋਂ ਅਸੀਂ ਇਹਦੇ ਉੱਪਰ ਇਸ ਤਰ੍ਹਾਂ ਕੱਪੜੇ ਨੂੰ ਫ੍ਰਿਲ ਬਣਾ ਕੇ ਲਾਉਣਾ ਆ ਤੇ ਜਿਹੜੀ ਉਹ ਕੰਨੀ ਦੇ ਕਿਨਾਰੇ ਆ ਉਹ ਨਜਾਣ ਇਸ ਲਈ ਅਸੀਂ ਉਹਨਾਂ ਨੂੰ ਫੋਲਡ ਕਰ ਦਿੱਤਾ ਸੀ ਪਹਿਲਾਂ ਹੀ ਸਿਲਾਈ ਲਗਾ ਕੇ ਹੁਣ ਅਸੀਂ ਦੁਪੱਟੇ ਨੂੰ ਫੋਲਡ ਕਰਕੇ ਇਹਦੇ ਉੱਤੇ ਜਿਹੜੀ ਆ ਉਹ ਫ੍ਰਿਲ ਬਣਾਵਾਂਗੇ ਤੇ ਇਸ ਕੀ ਚੀਜ਼ ਦਾ ਧਿਆਨ ਰੱਖਣਾ ਹੈ ਕਿ ਅਸੀਂ ਜਿਹੜੀ ਫਰਿੱਲ ਬਣਾਣੀ ਆ ਜਾਂ ਲਗਾ ਪਹਿਲਾਂ ਫਰਿੱਲ ਬਣਾ ਕੇ ਬਾਅਦ ਵਿੱਚ ਦੁਪट्टे ਤੇ ਲਗਾਣੀ ਆ ਤੇ ਉਹ ਅਸੀਂ ਜਿਹੜੀ ਆ ਉਲਟੀ ਸਾਈਡ ਹੀ ਲਗਾਉਣੀ ਆ ਮਤਲਬ ਕਿ ਪੁੱਠੇ ਦੁਪट्टे ਤੇ ਲਗਾਉਣੀ ਆ ਉਹਨੂੰ ਅਸੀਂ ਬਾਅਦ ਵਿੱਚ ਜਿਹੜਾ ਆ ਉਹ ਸਿੱਧੇ ਪਾਸੇ ਨੂੰ ਪਲਟਣਾ ਆ ਉਹ ਤੁਹਾਨੂੰ ਮੈਂ ਬਾਅਦ ਵਿੱਚ ਦਿਖਾਉਂਗੀ ਤੇ ਇਸ ਤੇ ਅਸੀਂ ਲਗਾਉਣੀ ਆ ਜਿਹੜੀ ਫ੍ਰਿਲ ਇਹ ਅਸੀਂ ਇਸ ਤਰ੍ਹਾਂ ਲਗਾਉਣੀ ਆ ਜਿਵੇਂ ਅਸੀਂ ਸੂਟ ਦੀ ਸਾਈਡਾਂ ਤੇ ਜਿਹੜਾ ਪਾਈਪਿੰਗ ਲਾਈਦੀ ਹੁੰਦੀ ਆ ਘੇਰੇ ਤੇ ਚੱਕਾ ਦੇ ਉੱਤੇ ਪਾਈਪਿੰਗ ਲਗਾਈਦੀ ਉਸ ਤਰ੍ਹਾਂ ਇਹ ਗੁੰਮ ਕਰਕੇ ਅਸੀਂ ਲਗਾਉਣੀ ਆ ਇਸ ਲਈ ਜਿਹੜਾ ਇਹਨੂੰ ਅਸੀਂ ਪਹਿਲਾਂ ਪੁੱਠੇ ਤੇ ਲਗਾਵਾਂਗੇ ਤੇ ਇਸੇ ਤਰ੍ਹਾਂ ਅਸੀਂ ਹੌਲੀ ਹੌਲੀ ਜਿਹੜਾ ਇਹਦੇ ਵਿੱਚ ਛੋਟੇ ਛੋਟੇ ਜਿਹੜੀਆਂ ਚੋਣਾ ਬੰਦੇ ਚੱਲ ਜਵਾਂਗੇ ਫ੍ਰਿਲ ਬਣਾਉਂਦੇ ਚੱਲ ਜਵਾਂਗੇ ਇਸੇ ਤਰ੍ਹਾਂ ਸਾਰੇ ਦੁਪੱਟੇ ਤੇ ਇਸੇ ਤਰ੍ਹਾਂ ਬਣਾ ਲਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦੁਪੱਟੇ ਤੇ ਜਿਹੜੀ ਸਾਡੀ ਫ੍ਰਿਲ ਆ ਉਹ ਬਣ ਚੁੱਕੀ ਆ ਤੇ ਮੈਂ ਜਿਹੜਾ ਇਹਨੂੰ ਸਣੇ ਦੁਪੱਟਾ ਇੰਟਰਲੌਕ ਕਰ ਲਿਆ ਹੈ ਉਹਦੇ ਨਾਲ ਕੀ ਹੈ ਸਾਡਾ ਦੁਪੱਟਾ ਜਿਹੜਾ ਥੋੜਾ ਰੇਸ਼ਮੀ ਆ ਤੇ ਇਹਦੇ ਜਿਹੜੇ ਧਾਗੇ ਆ ਫਿਰ ਨਿਕਲੂਗੇ ਨਹੀਂ ਤੇ ਇੱਕ ਜਿਹੜਾ ਕੰਮ ਆ ਉਹ ਵੀ ਸਾਡਾ ਪੱਕਾ ਹੋ ਜਾਊਗਾ ਫਿਰ ਤੇ ਇਹਦੇ ਵਿੱਚ ਜਿਹੜੇ ਹੁਣ ਐਕਸਟਰਾ ਧਾਗੇ ਵਗੈਰਾ ਆ ਉਹ ਅਸੀਂ ਕੱਟ ਦੇਣੇ ਆ ਤੇ ਹੁਣ ਜਿਹੜੀ ਅਸੀਂ ਪਾਈਪ ਇਹ ਲਗਾਈ ਸੀਗੀ ਫ੍ਰਿਲ ਇਹ ਪੁੱਠੇ ਪਾਸੇ ਲਗਾਈ ਸੀ ਤੇ ਇਹਨੂੰ ਅਸੀਂ ਜਿਹੜਾ ਆ ਉਹ ਸਿੱਧੇ ਪਾਸੇ ਨੂੰ ਫੋਲਡ ਕਰਨਾ ਹੈ ਸਿੱਧੇ ਪਾਸੇ ਨੂੰ ਫੋਲਡ ਕਰਕੇ ਜਿੰਨੀ ਸਾਡੀ ਸਿਲਾਈ ਸੀ ਉਹ ਮਾਰ ਜਣਾ ਸੀ ਵਿੱਚ ਰੱਖਣਾ ਦੇਖੋ ਇਸ ਤਰ੍ਹਾਂ ਇਹਨੂੰ ਇੱਧਰ ਰੱਖਾਂਗੇ ਤੇ ਹੁਣ ਅਸੀਂ ਸਿੱਧੇ ਪਾਸੇ ਨੂੰ ਇਸ ਤਰ੍ਹਾਂ ਇਹਨੂੰ ਫੋਲਡ ਕਰਾਂਗੇ ਤੇ ਜਿਹੜਾ ਸਾਡਾ ਸਿਲਾਈ ਦਾ ਮਾਰਜਨ ਹੈ ਉਹਨੂੰ ਅਸੀਂ ਅੰਦਰ ਰੱਖਦੇ ਹੋਏ ਮਤਲਬ ਸਾਡਾ 1/2 ਇੰਚ ਤੋਂ ਵੀ ਘੱਟ ਜਿਹੜਾ ਕੱਪੜਾ ਆ ਉਹ ਇੱਥੇ ਦੇਖੋ ਆ ਰਿਹਾ ਆ ਤੇ ਅਸੀਂ ਇਹਦੇ ਉੱਪਰ ਫੇਰ ਸਿਲਾਈ ਲਗਾਉਣੀ ਆ ਇਹ ਅਸੀਂ ਧਿਆਨ ਰੱਖਣਾ ਹੈ ਕਿ ਜਿਹੜੀ ਸਿਲਾਈ ਆ ਅਸੀਂ ਫ੍ਰਿਲ ਦੇ ਉੱਪਰ ਲਗਾਈਏ ਦੁਪट्टे ਦੇ ਉੱਪਰ ਨਾ ਚੜਾਈਏ ਕਿਉਂਕਿ ਜਿਹੜਾ ਸਾਡੇ ਰੰਗ ਹੈ ਰੀਲ ਦਾ ਉਹ ਕਾਲਾ ਹੀ ਆ ਤਰ੍ਹਾਂ ਸਾਰਾ ਜਿਹੜਾ ਮਾਰਜਨ ਸੀ ਜਿੱਥੇ ਅਸੀਂ ਸਿਲਾਈ ਲਗਾਈ ਸੀ ਉਸ ਮਾਰਜਨ ਨੂੰ ਅਸੀਂ ਬਿਲਕੁਲ ਅੰਦਰ ਬਾੜ ਦੇਣਾ ਆ ਮਤਲਬ ਕਿ ਕਪੜੇ ਦੇ ਬਿਲਕੁਲ ਵਿੱਚ ਦੇ ਦੇਣਾ ਹੈ ਜਿਹਦੇ ਨਾਲ ਕੀ ਆ ਉਹ ਬਾਹਰ ਨਜ਼ਰ ਨਹੀਂ ਆਊਗਾ ਮੈਂ ਤੁਹਾਨੂੰ ਇੱਕ ਵਾਰ ਫੇ ਕਹਿ ਰਹੀ ਹਾਂ ਕਿ ਜਿਹੜੀ ਅਸੀਂ ਇਹ ਫ੍ਰਿਲ ਲਗਾਉਣੀ ਹੈ ਇਸ ਤਰ੍ਹਾਂ ਲਗਾਉਣੀ ਆ ਜਿਸ ਤਰ੍ਹਾਂ ਅਸੀਂ ਆਪਣੇ ਸੂਟ ਦੇ ਚਾਕਾਂ ਤੇ ਗੁੰਮ ਪਾਈਪਿੰਗ ਲਗਾਈਦੀ ਹੁੰਦੀ ਆ ਉਹਦੇ ਨਾਲ ਕੀ ਆ ਦੇਖਣ ਨੂੰ ਬਹੁਤ ਵਧੀਆ ਲੱਗੂਗੀ ਤੇ ਕੋਈ ਇਹਦਾ ਤਾਗਾ ਜਾਂ ਕੁਝ ਵੀ ਬਾਹਰ ਨਜ਼ਰ ਨਹੀਂ ਆਊਗਾ ਐਕਸਟਰਾ ਕਪੜਾ ਵੀ ਬਾਹਰ ਨਜ਼ਰ ਨਹੀਂ ਆਊਗਾ ਇਸੇ ਤਰ੍ਹਾਂ ਅਸੀਂ ਸਾਰੇ ਕਪੜੇ ਨੂੰ ਫੋਲਡ ਕਰਦੇ ਹੋਏ ਜਿਹੜੀ ਆ ਇਹਦੇ ਉੱਤੇ ਸਿਲਾਈ ਲਗਾ ਲੈਣੀ ਆ ਆ ਦੇਖੋ ਹੁਣ ਜਿਹੜੀ ਸਾਡੀ ਸਾਰੀ ਸਿਲਾਈ ਹੈ ਇਹਦੇ ਉੱਪਰ ਲੱਗ ਚੁੱਕੀ ਆ ਸਾਰਾ ਸਾਡਾ ਕੱਪੜਾ ਜਿਹੜਾ ਫੋਲਡ ਹੋ ਚੁੱਕਾ ਆ ਤੇ ਇਹਦੇ ਵਿੱਚ ਕਿਸੇ ਪਾਸਿਓਂ ਵੀ ਜਿਹੜਾ ਆ ਕੋਈ ਤਾਂ ਗਬਾ ਨਹੀਂ ਆ ਦੇਖੋ ਪਿਛਲੇ ਪਾਸਿਓਂ ਵੀ ਬਿਲਕੁਲ ਸਾਫ਼ ਆ ਤੇ ਅਗਲੇ ਪਾਸਿਓਂ ਵੀ ਬਿਲਕੁਲ ਸਾਫ਼ ਆ ਇਹਦੇ ਵਿੱਚ ਅਸੀਂ ਐਕਸਟਰਾ ਧਾਗੇ ਸਾਰੇ ਜਿਹੜੇ ਆ ਉਹ ਕੱਟ ਲੈਣੇ ਆ ਸਿਲਾਈ ਦੇ ਟਾਈਮ ਅਸੀਂ ਜਿੰਨੇ ਵੀ ਸਾਡੇ ਧਾਗੇ ਹੁੰਦੇ ਐ ਐਕਸਟਰਾ ਉਹ ਨਾਲੋਂ ਨਾਲ ਹੀ ਅਸੀਂ ਕੱਟਦੇ ਰਹਿਣਾ ਹੁੰਦਾ ਆ ਉਹਦੇ ਨਾਲ ਜਿਹੜੀ ਫਿਨਿਸ਼ਿੰਗ ਆ ਸਿਲਾਈ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਆਉਂਦੀ ਆ ਦੇਖੋ ਹੁਣ ਜਿਹੜੇ ਸਾਡੀ ਅਫਰੀਲ ਸਾਰੇ ਦੁਪੱਟੇ ਤੇ ਲੱਗ ਗਈ ਆ ਤੇ ਕਿੰਨਾ ਵਧੀਆ ਬਿਲਕੁਲ ਪੱਟੀ ਦੇ ਨਾਲ ਨਾਲ ਡਿਜ਼ਾਈਨ ਆਇਆ ਆ ਤੇ ਹੁਣ ਜਿਹੜਾ ਅਸੀਂ ਐਕਸਟਰਾ ਕਪੜਾ ਸੀ ਆ ਦੇਖੋ ਇਹਨੂੰ ਅੰਦਰ ਨੂੰ ਅਸੀਂ ਇੱਥੇ ਤੁਸੀਂ ਚਾਹੋ ਤਾਂ ਸੂਈ ਨਾਲ ਵੀ ਥੋੜੇ ਟੰਕੇ ਲਗਾ ਕੇ ਕਰ ਸਕਦੇ ਹੋ ਪਰ ਇੱਥੇ ਸਿਲਾਈ ਲਗਾਉਣਾ ਜਿਹੜਾ ਇਹ ਕੰਮ ਛੇਤੀ ਹੋ ਜਾਂਦਾ ਆ ਤੇ ਇਥੇ ਦੇਖੋ ਜੀ ਹੁਣ ਜਿਹੜਾ ਇਹਦੇ ਕੱਡੇ-ਕੰਡੇ ਤੇ ਸਿਲਾਈ ਲਗਾ ਦਵਾਂਗੇ ਤੁਸੀਂ ਚਾਹੋ ਸਿੱਧੇ ਪਾਸਿਓਂ ਵੀ ਇਹਦੇ ਉੱਪਰ ਦਾਬ ਦੀ ਸਿਲਾਈ ਲਗਾ ਸਕਦੇ ਹੋ ਤੇ ਇਸ ਤਰ੍ਹਾਂ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਸਿਲਾਈ ਲਗਾਉਣਾ ਜਿਹੜਾ ਆ ਉਹ ਫ੍ਰਿਲ ਜਿਹੜੀ ਆ ਨੀਚੇ ਦੇ ਪਾਸੇ ਨੂੰ ਬਿਲਕੁਲ ਸਿੱਧੀ ਹੋ ਜਾਊਗੀ ਤੇ ਅਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕੀ ਕਪੜੇ ਨੂੰ ਬਿਲਕੁਲ ਸਿੱਧੀ ਤਰ੍ਹਾਂ ਕਰਦੇ ਹੋਏ ਬਿਲਕੁਲ ਖਿੱਚਦੇ ਹੋਏ ਜਿਹੜੀ ਆ ਉੱਤੇ ਸਿਲਾਈ ਲਗਾਉਣੀ ਆ ਮਤਲਬ ਕਿ ਜਿਹੜੀ ਸਿਲਾਈ ਅਸੀਂ ਲਗਾਉਣੀ ਆ ਉਸ ਕਪੜੇ ਨੂੰ ਨਹੀਂ ਖਿੱਚਣਾ ਜਿਹੜਾ نیچے ਕਪੜਾ ਆ ਰਿਹਾ ਦੁਪट्टे ਦਾ ਉਹਨੂੰ ਖਿੱਚ ਲੈਣਾ ਹੈ ਤਾਂ ਕਿ ਕੋਈ ਵੀ ਕਪੜਾ ਐਕਸਟਰਾ ਥੱਲੇ ਨਾ ਜਾਵੇ ਤੇ ਜੇ ਕੋਈ ਇਦਾਂ ਆ ਜਾਊਗਾ ਤਾਂ ਫਿਰ ਸਾਨੂੰ ਜ਼ਿਆਦਾ ਕੰਮ ਪੈ ਜਾਊਗਾ ਸਿਲਾਈ ਉਧੇੜਨੀ ਪੈ ਜਾਊਗੀ ਤੇ ਇਸ ਤਰ੍ਹਾਂ ਦੇਖੋ ساری ਸਾਡੀ ਸਿਲਾਈ ਲੱਗ ਗਈ ਆ ਤੇ ਸਾਡਾ ਜਿਹੜਾ ਡਿਜ਼ਾਈਨ ਆ ਦੁਪट्टे ਦਾ ਉਹ ਬਣ ਕੇ ਬਿਲਕੁਲ ਰੈਡੀ ਹੋ ਚੁੱਕਾ ਆ ਤੇ ਦੇਖੋ ਇੱਥੇ ਸਾਡਾ ਬਿਲਕੁਲ ਵੀ ਕੋਈ ਖਰਚ ਨਹੀਂ ਹੋਇਆ ਜਿਹੜਾ ਅਸੀਂ ਕਪੜਾ ਲਿਆ ਆ ਉਹ ਵੀ ਅਸੀਂ ਆਪਣੇ ਸੂਟ ਦੇ ਵਿੱਚੋਂ ਹੀ ਲਿਆ ਆ ਤੇ ਇਹ ਦੇਖਣ ਨੂੰ ਵੀ ਬਹੁਤ ਅਲੱਗ ਲੱਗ ਰਿਹਾ ਆ ਸੂਟਾਂ ਦੇ ਨਾਲ ਜਿਹੜੇ ਦੁਪੱਟੇ ਆਉਂਦੇ ਆ ਕਦੇ ਵੀ ਉਹਨਾਂ ਤੇ ਇੰਨਾ ਵਧੀਆ ਡਿਜ਼ਾਈਨ ਬਣ ਕੇ ਨਹੀਂ ਹੁੰਦਾ ਇਹ ਡਿਜ਼ਾਈਨ ਅਸੀਂ ਆਪ ਬਣਾਉਣਾ ਤੇ ਦੁਪੱਟੇ ਨੂੰ ਅਸੀਂ ਖੁਦ ਹੀ ਬਹੁਤ ਸੋਹਣਾ ਬਣਾ ਸਕਦੇ ਆ ਹੋਪਫੁਲੀ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਥੈਂਕ ਯੂ so much for watching ਤੇ ਵੀਡੀਓ ਨੂੰ ਲਾਈਕ ਕਰਨਾ ਪਲੀਜ਼ ਨਾ ਭੁੱਲਿਓ